ਲਹਿਰਾ ਗਾਗਾ ਦੇ ਇਹ ਸੰਜੇ ਸਿੰਘ ਆਪਣੇ ਸਟੇਸ਼ਨ ਮਾਸਟਰ ਨੇ ਜੀ, ਅਤੇ ਇਹਨਾਂ ਦਾ ਸੈਂਪਲ ਲਿਆ ਗਿਆ ਸੀ ਜੋ ਕਿ ਪੋਜ਼ੀਟਿਵ ਆ ਗਿਆ ਸੀਗਾ। ਫਿਰ ਪੋਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਅੱਜ ਇਸ ਪੇਸ਼ੈਂਟ ਨੂੰ ਘਾਵਨਾ ਭੇਜਿਆ ਗਿਆ ਉੱਥੇ ਕੇਅਰ ਵਾਸਤੇ, ਅਤੇ ਬਾਕੀ ਦੀ ਫੈਮਿਲੀ ਨੂੰ ਕੁਆਰੰਟਾਈਨ ਕੀਤਾ ਗਿਆ ਘਰ ਦੇ ਵਿੱਚ, ਅਤੇ ਬਾਕੀ ਸਾਰੇ ਨਾਲ ਦੇ ਜਿਹੜੇ ਕਲੋਜ਼ ਕੰਟੈਕਟਸ ਨੇ ਉਹਨਾਂ ਦੇ ਵੀ ਸੈਂਪਲਿੰਗ ਲਈ ਜਾਊਗੀ। ਗਾਗਾ ਦੇ ਰੇਲਵੇ ਸਟੇਸ਼ਨ ਮਾਸਟਰ ਗੌਤਮ ਜੀ, ਜਿਨ੍ਹਾਂ ਦਾ ਟੈਸਟ ਕੀਤਾ ਗਿਆ ਸੀਗਾ, ਅੱਜ ਉਹਨਾਂ ਦਾ ਟੈਸਟ ਉਹ ਪੋਜ਼ੀਟਿਵ ਆਇਆ ਗਿਆ। ਇਸ ਦੇ ਪਰਿਵਾਰ ਦੇ 5 ਮੈਂਬਰ ਉਹਨਾਂ ਦਾ ਵੀ ਟੈਸਟ ਕੀਤੇ ਜਾਣਗੇ। ਇਸ ਨੂੰ ਅੱਜ ਡਾਕਟਰੀ ਟੀਮ ਘਾਵਦਾ ਵਿਖੇ ਇਲਾਜ ਲਈ ਲੈ ਕੇ ਚਲੀ ਗਈ। ਇਲਾਕਾ ਸੀਲ ਵੀ ਕੀਤਾ ਜਾਊਗਾ ਜੀ? ਹਾਂਜੀ, ਇਹ ਇਲਾਕਾ ਜੋ ਵੀ ਇਹਨਾਂ ਦੋਵੇਂ ਸਾਈਡਾਂ ਤੋਂ ਸੀਲ ਕੀਤਾ ਜਾਊਗਾ। ਇੱਧਰ ਨਾ ਕੋਈ ਆਉਣ ਦਿੱਤਾ ਜਾਊਗਾ, ਨਾ ਕੋਈ ਜਾਣ ਦਿੱਤਾ ਜਾਊਗਾ। ਜਿੰਨੇ ਵੀ ਕੁਆਟਰ ਵਾਲੇ ਨੇ ਸਾਰਿਆਂ ਨੂੰ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਅਤੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਸੁਚੇਤ ਰਹੋ, ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਆਈਆਂ ਨੇ ਉਹਨਾਂ ਦੀ ਪਾਲਣਾ ਕਰੋ, ਮਾਸਕ ਲਾ ਕੇ ਰੱਖੋ, ਬਿਨਾਂ ਮਤਲਬ ਤੋਂ ਬਾਹਰ ਨਾ ਨਿਕਲੋ, ਦੂਰੀ ਬਣਾ ਕੇ ਰੱਖੋ, ਇਹਨੂੰ ਲਾਈਟਲੀ ਨਹੀਂ ਲੈਣਾ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਸਿਰਫ ਪਰਹੇਜ਼ ਹੀ ਹੈ ਵੀ ਘਰ ਤੋਂ ਬਾਹਰ ਨਾ ਨਿਕਲੋ, ਮਾਸਕ ਜ਼ਰੂਰ ਪਹੁੰਚੋ, ਮਾਸਕ ਬਹੁਤ ਲਾਜ਼ਮੀ ਹੈ, ਅਤੇ ਬਾਹਰ ਬਿਨਾਂ ਮਤਲਬ ਤੋਂ ਬਾਹਰ ਨਾ ਨਿਕਲੋ ਜੀ।